ਨਾਂ ਜੀ? ਅਕਸ਼ੇ ਨਾਮ ਹੈ। ਕਿਹੜਾ ਰੋਡ? ਇਹ ਆਪਣੇ ਨਵੀਪੁਰ ਕਲੋਨੀ ਦੇ ਲਾਗੇ ਹੈ। ਘਟਨਾ ਇਹਨਾਂ ਨੇ ਸਰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੰਟਰੋਲ ਨਹੀਂ ਹੋਈ ਗੱਡੀ ਇਹਨਾਂ ਕੋਲ, ਫਾਸਟ ਦੱਬੀ ਗਈ ਇਸ, ਉਹਦੇ ਚੱਕਰ ਨਾਲ ਇਹਨਾਂ ਦਾ ਨੁਕਸਾਨ ਹੋ ਗਿਆ। ਉਹਦੀ ਮੁੰਡੇ ਬਚ ਗਏ, ਵੈਸੇ ਬਚਾਇਆ ਪੰਜ ਮੁੰਡੇ ਵਿੱਚ ਗੱਡੀ ਦੇ ਸਵਾਰ ਬਚਾਇਆ ਇਹਨਾਂ ਦਾ, ਕੋਈ ਇਹੋ ਜਿਹੀ ਸੱਤ ਗੱਡੀ ਜਾ ਕੇ ਵੱਡੀ ਹੋਸਪਿਟਲ ਭੇਜਣ ਗਏ ਆ। ਬਾਕੀ ਬੱਚੀ ਨਹੀਂ ਇਹਨਾਂ ਕੋਲ, ਇੱਕ ਨਾ ਓਵਰਟੇਕ ਕਰਦੇ ਕੰਟਰੋਲ ਨਹੀਂ ਗੱਡੀ ਹੋਈ, ਖੰਭੇ ਨਾ ਵੱਜੀ, ਖੰਭੇ ਨੂੰ ਵੀ ਤੋੜ ਕੇ ਗਾੜੀ ਲੰਘ ਗਈ ਗੱਡੀ, ਅੱਗੇ ਜਾ ਕੇ ਦਰਖਤ 'ਤੇ ਟੰਗੋਈ, ਫਿਰ ਜਾ ਕੇ ਟੁੱਟ ਗਈ ਗੱਡੀ। ਅਤੇ ਨੌਜਵਾਨ ਕਿਤੇ ਖੁਦ ਆ ਗਏ ਬਾਹਰ ਜਾਂ ਲੋਕਾਂ ਨੇ ਕੱਢਿਆ? ਕੱਢੇ ਆਣ ਕੇ ਲੋਕਾਂ ਨੇ ਵਿੱਚ ਥੋੜ੍ਹੀ ਹੈਲਪ ਕੀਤੀ ਉਹਨਾਂ ਦੀ, ਫਿਰ ਵੀ ਬਚਾਅ ਹੋ ਗਿਆ। ਵੈਸੇ ਸੱਟਾਂ ਵਗੈਰਾ ਵੀ ਲੱਗੀਆਂ? ਸੱਟਾਂ ਨੋਰਮਲੀ ਇੱਦਾਂ ਪੱਤਰੀ ਪੁੱਤਰੀਆਂ ਫਰੀਆਂ ਹੋਣਗੀਆਂ, ਸਾਡਾ ਤੁਹਾਡੇ ਬਾਹਾਂ ਬੂਹਾਂ 'ਤੇ, ਬਸ ਕੋਈ ਇੰਨਾ ਖਾਸ ਨਹੀਂ ਹੈ, ਠੀਕ ਹੈ, ਨੋਰਮਲੀ ਹੈ। ਕੁਛ ਪਤਾ ਲੱਗੇ ਕਿੰਨੇ ਨੌਜਵਾਨ? ਪੰਜ ਸਵਾਰ ਸੀ। ਹਾਂਜੀ, ਅਤੇ ਹੋਸਪਿਟਲ ਪਹੁੰਚਾਇਆ ਗਿਆ? ਹੋਸਪਿਟਲ ਪਹੁੰਚਾਇਆ ਗਿਆ ਬੱਬਰੀ। ਕੁਛ ਪਤਾ ਕਿ ਕਿੱਥੇ ਜਾ ਰਹੇ ਜਾਂ ਕੋਈ ਜਾਣਕਾਰੀ? ਇੰਨਾ ਨਹੀਂ ਸਰ ਜਾਣਕਾਰੀ। ਅਧਿਕਾਰੀ ਆਏ? ਹਾਂਜੀ ਆਏ ਤੇ। ਹਾਂਜੀ, ਇਹ ਬਾਈਪਾਸ ਨਵੀਪੁਰ ਪੈਂਦਾ ਵਾ, ਮੌਕੇ 'ਤੇ ਪਤਾ ਇਹ ਲੱਗਾ ਵਾ ਵੀ ਗੱਡੀ ਓਵਰ ਸਪੀਡ ਗੱਡੀ ਆ ਰਹੀ ਸੀ, ਜਿਹੜੀ ਅਚਾਨਕ ਦਰਖਤ ਦੇ ਵਿੱਚ ਜਾ ਟਕਰਾਈ ਆ, ਅਤੇ ਜਿਹੜੇ ਮਾੜੀਆਂ ਮੋਟੀਆਂ ਜਿਹੜੇ ਚਾਲਕਾਂ ਨੂੰ ਸੱਟਾਂ ਸੁੱਟਾਂ ਲੱਗੀਆਂ, ਘੀਟਾਂ ਘੁੱਟਾਂ ਲੱਗੀਆਂ, ਬਾਕੀ ਬਚਾਅ ਵਾ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਉਹਨਾਂ ਬੱਬਰੀ ਹੋਸਪਿਟਲ ਫਿਰ ਵੀ ਆਈ, ਮੇਰਾ ਦਾਖਲ ਕਰਾ ਦਿੱਤਾ। ਭਾਜੀ ਵੱਜੀ ਬੜੀ ਜ਼ੋਰ ਨਾਲ, ਪਰ ਦੇਖਾਂ ਵੀ ਟੁੱਟ ਗਿਆ ਸਾਰਾ। ਹਾਂ, ਖੰਭਾ ਵੀ ਓਵਰ ਸਪੀਡ ਆ ਰਹੀ, ਉਹਨਾਂ ਕੋਲ ਗੱਡੀ ਕੰਟਰੋਲ ਨਹੀਂ ਰਹੀ, ਜਿਹੜੀ ਜਾਟ ਆਪਣੇ ਖੰਭੇ ਤੋਂ ਟਕਰਾਈ ਅਤੇ ਸਿੱਧੀ ਦਰਖਤ ਜਾ ਵੱਜੀ। ਮੇਨ ਵਜ੍ਹਾ ਕੀ ਲੱਗ ਰਹੀ ਆ? ਮੇਨ ਵਜ੍ਹਾ ਇਹੋ ਹੀ, ਜ਼ਿਆਦਾ ਸੇਡ ਤੇਜ਼ ਸਪੀਡ ਦੇ ਨਾਲ ਆ ਰਹੀ ਸੀ, ਗੱਡੀ ਕੰਟਰੋਲ ਨਹੀਂ ਰਹੀ। ਪਤਾ ਲੱਗਿਆ ਨੌਜਵਾਨ ਕਿੱਥੇ ਦੀ ਆ? ਇਹ ਕੁਛ ਪਤਾ ਲੱਗਾ ਕਿ ਇੱਕ ਮੁੰਡਾ ਦਿਨਾਂ ਨਗਰ ਦਾ, ਉਹਦਾ ਨਾਂ ਹੈਗਾ ਵਾ ਪ੍ਰਿੰਸ ਮੁੰਡਾ ਦਿਨਾਂ ਨਗਰ ਦਾ, ਬਾਕੀ ਉੱਥੋਂ ਬੱਬਰੀ ਹੋਸਪਿਟਲ ਦਾ, ਉਹ ਬਾਕੀ ਪਤਾ ਕਰ ਲੈਂਦੇ ਉੱਥੋਂ ਜਾ। ਟੋਟਲ ਕੋਈ ਕਰੀਬ ਤਿੰਨ ਚਾਰ ਕਰੀਬ ਦੱਸਦੇ ਲੜਕੇ ਬਚਾ, ਸਾਰਿਆਂ ਦਾ ਬਚਾਇਆ। ਨਸ਼ੇ ਦਾ ਕੋਈ ਸੇਵਨ ਤਾਂ ਨਹੀਂ? ਨਹੀਂ ਨਹੀਂ, ਨਸ਼ੇ ਵਾਲਾ ਕੋਈ ਸੇਵਨ ਨਹੀਂ ਹੈਗਾ। ਜਾ ਕੇ ਫਿਰ ਵੀ ਅਸੀਂ ਪਤਾ ਕਰ ਲੈਂਦੇ ਹਾਂ ਵੀ ਕਿਸ ਤਰ੍ਹਾਂ ਕੀ ਹਾਲਾਤ ਹੈ, ਕਿਉਂ ਵੱਜੀ ਗੱਡੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।